District, Amritsar, police has arrested three smugglers, including heroin, worth 5 crores from Pakistan. Those who have been identified are Simranjeet Singh Sima, Sarabjeet Singh Sada and Surjeet. Police recovered 23 lakh rupees of drug money, a 32 bar pistol and 61 live cartridges apart from heroin from the smugglers controlled. The police have started taking action by taking them into possession. While considering press with journalists, Rural Vitamjeet Singh Dugal said that the police also captured PBO 26001, a white colored specific card of smugglers. During the interrogation, there are likely to be many more big revelations from the said accused. ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਦੋ ਕੇਸਿਸ ਜਿਨ੍ਹਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨਾ ਜ਼ਰੂਰੀ ਸੀ। ਉਹਦੇ 'ਚੋਂ ਇੱਕ ਕੇਸ ਹੈ ਜਿਹੜਾ ਉਹ ਜਨਾਲੇ ਥਾਣੇ ਰਿਲੇਟਡ ਹੈ, ਦੂਸਰਾ ਕੇਸ ਖਲਚੀਆਂ ਥਾਣੇ ਰਿਲੇਟਡ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜੋ ਕਿ ਕੇਸਿਸ ਬੁੱਕ ਕੀਤੇ ਗਏ, ਉਹਨਾਂ 'ਚ ਅਜਨਾਲਾ ਪੁਲਿਸ ਸਟੇਸ਼ਨ 'ਚ ਜੋ ਕੇਸ ਹੋਇਆ ਹੈ ਉਹਦੇ 'ਚ 1 ਕਿਲੋ ਹੀਰੋਇਨ ਦੀ ਰਿਕਵਰੀ ਹੋਈ ਹੈ, 1 ਪਿਸਟਲ ਵੀ ਮਿਲਿਆ 32 ਬੋਰ ਦਾ ਅਤੇ 61 ਰਾਊਂਡਸ ਮਿਲੇ ਹੈ। 3 ਜਣੇ ਅਰੈਸਟ ਕੀਤੇ ਗਏ ਹੈ, 1 ਗੱਡੀ ਵੀ ਉਹਨਾਂ ਤੋਂ ਸਵਿਫਟ ਮਰੂਤੀ ਸਵਿਫਟ ਕਾਰ ਜਿਹੜੀ ਹੈ ਉਹ ਬਰਾਮਦ ਹੋਈ ਹੈ। ਇਹ ਪਿੰਡ ਸਾਹੋਵਾਲ, ਫਤਿਹਵਾਲ ਅਤੇ ਗੁਰਾਲਾ 3 ਪਿੰਡਾਂ ਦੇ ਵਸਨੀਕ ਹੈ, ਸਿਮਰਜੀਤ ਸਿੰਘ, ਸਰਬਜੀਤ ਸਿੰਘ ਅਤੇ ਸੁਰਜੀਤ ਸਿੰਘ। ਪਹਿਲਾਂ ਜੇ ਦੇਖਿਆ ਜਾਵੇ ਤਾਂ ਇਹਨਾਂ 'ਤੇ ਮੁਕੱਦਮੇ ਹੈਗੇ ਹੈ। NDPS ਦਾ ਮੁਕੱਦਮਾ ਹਜੇ ਸਾਡੇ ਧਿਆਨ ਦੇ ਵਿੱਚ ਇਹਨਾਂ ਦੇ ਉੱਤੇ ਹੈ ਜਾਂ ਨਹੀਂ ਉਹ ਹਜੇ ਧਿਆਨ 'ਚ ਨਹੀਂ ਆਇਆ। ਬਾਕੀ ਦੂਜੇ ਮੁਕੱਦਮੇ, 1 ਜਣੇ ਉੱਪਰ ਡਕੈਤੀ ਦਾ ਮੁਕੱਦਮਾ ਪਹਿਲਾਂ, 1 ਜਣੇ ਉੱਪਰ ਕਤਲ ਦਾ ਮੁਕੱਦਮਾ। ਇਹ ਜਿਹੜਾ ਗਰੁੱਪ ਹੈ ਇਹ ਕਿਉਂਕਿ ਬਿਲਕੁਲ ਫੈਂਸਿੰਗ ਦੇ ਕਲੋਜ਼ ਹੈ, ਬਾਰਡਰ ਦੇ ਬਿਲਕੁਲ ਕਲੋਜ਼ ਵਿਲੇਜਿਸ ਹੋਣ ਕਰਕੇ ਇਹ ਤਸਕਰੀ ਦਾ ਕੰਮ ਵੀ ਪਹਿਲਾਂ ਕਰਦੇ ਰਹੇ ਹੈ, ਹੁਣ ਵੀ ਕਰ ਰਹੇ ਹੈ। ਅਤੇ ਇਹਨਾਂ ਕੋਲੋਂ ਜਿਹੜੀ ਰਿਕਵਰੀ ਹੈ ਉੱਥੋਂ ਹੀ ਸਾਬਿਤ ਹੁੰਦਾ ਹੈ ਕਿ ਇਹ ਕਿਸ ਤਰ੍ਹਾਂ ਪੰਜਾਬ ਦੇ ਬਾਰਡਰ ਏਰੀਆ ਦੇ ਵਿੱਚ, ਖਾਸ ਤੌਰ 'ਤੇ ਅਜਨਾਲਾ ਅੰਮ੍ਰਿਤਸਰ ਬੈਲਟ ਦੇ ਵਿੱਚ ਹੀਰੋਇਨ ਦੀ, ਡਰੱਗਸ ਦੀ ਸਮਗਲਿੰਗ ਕਰਦੇ ਹੈ ਅਤੇ ਨੌਜਵਾਨਾਂ ਨੂੰ ਨਸ਼ੇ ਦੇ ਰਾਹ 'ਤੇ ਪਾਉਂਦੇ ਹੈ। ਇਹਨਾਂ ਕੋਲੋਂ ਜਿਹੜੀ ਰਿਕਵਰੀ ਹੋਈ ਹੈ ਉਹਦੇ ਵਿੱਚ ਇੰਪੋਰਟੈਂਟ ਗੱਲ ਇਹ ਹੈ ਕਿ ਇਹਨਾਂ ਕੋਲੋਂ ਡਰੱਗ ਮਨੀ ਵੀ ਰਿਕਵਰ ਹੋਈ ਹੈ, 23 ਲੱਖ ਰੁਪਇਆ ਕੈਸ਼ ਇਹਨਾਂ ਤੋਂ ਰਿਕਵਰ ਕੀਤਾ ਗਿਆ। ਤਾਂ ਓਵਰਆਲ ਰਿਕਵਰੀ 1 ਕਿਲੋ ਹੀਰੋਇਨ, 23 ਲੱਖ ਡਰੱਗ ਮਨੀ, ਕੁਝ ਮੋਬਾਈਲ, 1 ਗੱਡੀ, ਇਹ ਸਾਰੀਆਂ ਚੀਜ਼ਾਂ ਰਿਕਵਰ ਹੋਈਆਂ, ਪਲੱਸ 1 32 ਬੋਰ ਦਾ ਵੈਪਨ ਅਤੇ 61 ਰਾਊਂਡ। ਇਹ ਥਾਣੇ ਅਜਨਾਲੇ ਵਾਲਾ ਜੋ ਮੁਕੱਦਮਾ ਸੀ ਇਹਦੇ ਵਿੱਚ ਹੋਰ ਅੱਗੇ ਜਿਹੜੇ ਜਿਨ੍ਹਾਂ ਨੂੰ ਇਹ ਡਿਸਟ੍ਰੀਬਿਊਟ ਕਰਦੇ ਹੈ ਉਹਨਾਂ ਦੇ ਵੀ ਕੁਝ ਨਾਮ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੇ ਹੈ। ਜਿਸ ਤਰ੍ਹਾਂ ਇਨਵੈਸਟੀਗੇਸ਼ਨ ਅੱਗੇ ਵਧੇਗੀ ਉਸੇ ਹਿਸਾਬ ਨਾਲ ਜਿਹੜੇ ਇਹਦੇ ਫਾਰਵਰਡ ਲਿੰਕੇਜਿਸ ਦੇ ਵਿੱਚ ਨਾਮ ਆਉਣਗੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਊਗਾ। ਇਸ ਤੋਂ ਪਹਿਲਾਂ ਇਹਨਾਂ ਨੇ ਕਾਫੀ ਵੱਡੀਆਂ ਵੱਡੀਆਂ ਖੇਪਾਂ ਜੋ ਫਰੋਮ ਅਕਰੋਸ ਦ ਬਾਰਡਰ ਸਪਲਾਈ ਇਹਨਾਂ ਨੂੰ ਆਈ ਹੈ ਉਹਨਾਂ 'ਤੇ ਵੀ ਤਫਤੀਸ਼ ਚੱਲ ਰਹੀ ਹੈ ਅਤੇ ਉਹ ਖੇਪਾਂ ਕਿੱਧਰ ਨੂੰ ਗਈਆਂ ਇਹਨਾਂ ਦੇ ਥਰੂ ਉਹਨਾਂ ਦੀ ਵੀ ਚੰਗੀ ਤਰ੍ਹਾਂ ਤਫਤੀਸ਼ ਕੀਤੀ ਜਾਊਗੀ। ਦੂਜਾ ਜਿਹੜਾ ਮੁਕੱਦਮਾ ਹੈ ਉਹ ਥਾਣਾ ਖਲਚੀਆਂ ਵਾਲਾ ਮੁਕੱਦਮਾ ਜਿਹਦੀ ਆਪਾਂ ਗੱਲ ਕਰ ਰਹੇ ਸੀ ਉਹਦੇ ਵਿੱਚ
ਇੱਕ ਬਲਕਾਰ ਸਿੰਘ ਨੂੰ ਫੜਿਆ ਗਿਆ ਜੋ ਕਿ ਧਿਆਨਪੁਰ ਵਿਲੇਜ ਦਾ ਰਹਿਣ ਵਾਲਾ। ਉਸਨੇ ਇੱਕ ਕੌਨਸਪਿਰੇਸੀ ਹੈਚ ਕੀਤੀ ਸੀ ਜੋ ਕਿ ਸਾਬਕਾ ਸਰਪੰਚ ਨਿਸ਼ਾਨ ਸਿੰਘ ਨੂੰ ਇਲੀਮੀਨੇਟ ਕਰਨ ਦੀ, ਉਹਦਾ ਕਤਲ ਕਰਨ ਵਾਸਤੇ ਵੀ ਇੱਕ ਜਣੇ ਨੂੰ ਸੁਪਾਰੀ ਦੇਣ ਦਾ ਪਲੈਨ ਬਣਾ ਕੇ ਤਾਂ ਕਿ ਇਹਨੂੰ ਇਹਦਾ ਖਾਤਮਾ ਕੀਤਾ ਜਾ ਸਕੇ, ਇਹਨੂੰ ਇਲੀਮੀਨੇਟ ਕੀਤਾ ਜਾ ਸਕੇ ਨਿਸ਼ਾਨ ਸਿੰਘ ਸਾਬਕਾ ਸਰਪੰਚ ਨੂੰ, ਕਿਉਂਕਿ ਇਹ ਇਨਫੋਰਮੇਸ਼ਨ ਇਹਨੂੰ ਇਹ ਸੀ ਕਿ ਇਹ ਨਿਸ਼ਾਨ ਸਿੰਘ ਪੁਲਿਸ ਦਾ ਇਨਫੋਰਮਰ ਹੈ ਅਤੇ ਉਹ ਪੁਲਿਸ ਨੂੰ ਇਨਫੋਰਮ ਕਰਦਾ ਹੈ, ਡਰੱਗ ਟਿਪਸ ਦਿੰਦਾ ਹੈ। ਇਸ ਤਰ੍ਹਾਂ ਦੀ ਜੋ ਸਾਜ਼ਿਸ਼ ਹੈ ਉਹ ਸਾਹਮਣੇ ਆਈ। ਇਹਦੇ ਵਿੱਚ ਇੱਕ ਹੋਰ ਨਾਮ ਆਇਆ ਸਾਹਮਣੇ, ਗੁਲਜ਼ਾਰ ਸਿੰਘ ਦਾ। ਬਲਕਾਰ ਸਿੰਘ ਅਤੇ ਗੁਲਜ਼ਾਰ ਸਿੰਘ ਦੋਨੇ ਡਰੱਗ ਦੀ ਤਸਕਰੀ ਦਾ ਕੰਮ ਕਰਦੇ ਹੈ ਅਤੇ ਡਰੱਗਸ ਨੂੰ ਡਿਸਟ੍ਰੀਬਿਊਟ ਵੀ ਕਰਦੇ ਹੈ। ਇਹ ਫਿਲਹਾਲ ਗੁਲਜ਼ਾਰ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਛਿਆਟਾ ਵਾਲੇ ਪਾਸੇ ਰਹਿੰਦਾ ਹੈ, ਪਰ ਇਹਦੀ ਜੋ ਪਿਛੋਕੜ ਹੈ ਉਹ ਹਵੇਲੀਆਂ ਤਰਨ ਤਾਰਨ ਡਿਸਟ੍ਰਿਕਟ ਤੋਂ ਹੈ ਅਤੇ ਇਹਨਾਂ ਕੋਲੋਂ ਇੱਕ ਪਿਸਟਲ ਰਿਕਵਰ ਹੋਇਆ, ਕੰਟਰੀ ਮੇਡ ਪਿਸਟਲ, ਅਤੇ ਦੋ ਰਾਊਂਡ ਰਿਕਵਰ ਹੋਏ ਹੈ ਅਤੇ ਮੋਰ ਦੈਨ 2500 ਜਿਹੜੀਆਂ ਟੈਬਲੇਟਸ ਹੈ ਉਹ ਰਿਕਵਰ ਹੋਈਆਂ ਅਤੇ 9 ਗ੍ਰਾਮ ਜਿਹੜੀ ਹੀਰੋਇਨ ਬਰਾਮਦ ਹੋਈ ਹੈ। ਆਹ ਦੋ ਕੇਸਿਸ ਜਿਹੜੇ ਬੜੇ ਇੰਪੋਰਟੈਂਟ ਕੇਸਿਸ ਸੀ ਉਹ ਪ੍ਰੈਸ ਨੂੰ ਬਰੀਫ ਕਰਨ ਵਾਸਤੇ ਤੁਹਾਨੂੰ ਅੱਜ ਸਾਰਿਆਂ ਨੂੰ ਇਨਵਾਈਟ ਕੀਤਾ ਸੀ। ਇਹਦੇ 'ਚ ਦੋ ਜਣੇ ਅਰੈਸਟ ਹੋਏ ਆ ਜੀ, ਇੱਕ ਬਲਕਾਰ ਸਿੰਘ ਅਤੇ ਇੱਕ ਗੁਲਜ਼ਾਰ ਸਿੰਘ। ਹਾਂਜੀ, ਉਹ ਇਹਦੇ 'ਚ ਸੁਪਾਰੀ ਹਜੇ ਦਿੱਤੀ ਗਈ ਹੈ ਜਾਂ ਨਹੀਂ ਦਿੱਤੀ ਗਈ ਉਹ ਪ੍ਰੈਸ ਨੋਟ ਦੇ ਵਿੱਚ ਵੀ ਤੁਹਾਨੂੰ ਮੀਤੇ ਦਾ ਵੀ ਜ਼ਿਕਰ ਕੀਤਾ ਸੀ, ਕੱਲ੍ਹ ਪ੍ਰੈਸ ਨੋਟ ਵੀ ਇਹਦੇ 'ਤੇ ਇੱਕ ਬਰੀਫ ਰਿਲੀਜ਼ ਕੀਤਾ ਸੀ। ਉਹਦੇ 'ਚ ਜਿਹੜਾ ਮੀਤਾ ਉਹਦੇ ਨਾਲ ਮਿਲ ਕੇ ਇਹਨਾਂ ਨੇ ਇਹ ਸਾਜ਼ਿਸ਼ ਕੀਤੀ ਸੀ ਤਾਂ ਉਸੇ ਹਿਸਾਬ ਨਾਲ ਮੁਕੱਦਮਾ ਦਰਜ ਕੀਤਾ ਗਿਆ। ਹਜੇ ਮੀਤਾ ਹਿਰਾਸਤ ਦੇ ਵਿੱਚ ਨਹੀਂ ਆਇਆ।